ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਰੋਸ ਵਜੋਂ ਕੋਟਕਪੁਰਾ ਚੌਂਕ ਵਿੱਚ ਗੋਲੀ ਚੱਲਣ ਤੋਂ ਬਾਅਦ ਗੁੱਸੇ ਵਿੱਚ ਆਈ ਸਿੱਖ ਸੰਗਤ ਬਹਿਬਲ ਕਲਾਂ ਨਜ਼ਦੀਕ ਇਕੱਠੇ ਹੋਏ। ਉਸ ਵੇਲੇ ਹੋਈ ਫਾਇਰਿੰਗ ਦੇ 3 ਸਾਲ ਪੂਰੇ ਹੋਣ ਤੇ ਵੀ ਕੁਝ ਸਿੱਖ ਸੰਗਤਾਂ ਵੱਲੋਂ ਲਾਨਤ ਦਿਹਾੜਾ ਵਜੋਂ ਮਨਾਇਆ ਗਿਆ। ਦੂਜੇ ਪਾਸੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਹਰਕਿਸ਼ਨ ਭਗਵਾਨ ਅਤੇ ਗੁਰਜੀਤ ਸਰਵਾਂ ਦੀ ਉਹਨਾਂ ਦੇ ਜੱਦੀ ਪਿੰਡ ਬਹਿਬਲ ਖੁਰਦ ਅਤੇ ਸਰਾਵਾਂ ਵਿਖੇ ਬਰਸੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਪਹੁੰਚੇ ਅਤੇ ਨਾਲ ਹੀ 14 ਅਕਤੂਬਰ ਨੂੰ ਬਰਗਾੜੀ ਦੀ ਧਰਤੀ ਤੇ ਇਨਸਾਫ਼ ਮੋਰਚੇ ਵੱਲੋਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਸ਼ਹੀਦੀ ਦਿਵਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਕਿਹਾ ਕਿ ਅੱਜ ਬਰਗਾੜੀ ਵਿਖੇ 2 ਨੌਜਵਾਨ ਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਸਨ, ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਪੰਜਾਬ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੂੰ ਫੜ ਕੇ ਸਾਹਮਣੇ ਲਿਆਵੇ ਅਤੇ ਆਉਣ ਵਾਲੇ ਸੈਸ਼ਨ ਵਿੱਚ ਆਵਾਜ਼ ਚੁੱਕਣਗੇ ਅਤੇ ਸਰਕਾਰਾਂ ਨੂੰ ਇਨਸਾਫ਼ ਦੇਣਾ ਪਏਗਾ। ਦੇਖੋ, ਇੱਕ ਹਫ਼ਤੇ ਦੇ ਵਿੱਚ ਦੂਸਰੀ ਵਾਰ ਆਪ ਮੁਹਾਰੇ ਲੋਕ ਆਏ ਨੇ ਬਹੀਰਾਂ ਕੱਤ ਕੇ। ਇੱਥੋਂ ਹੀ ਸਿੱਧ ਹੁੰਦਾ ਕਿ ਲੋਕਾਂ ਦੇ ਦਿਲਾਂ 'ਚ ਬਹੁਤ ਵੱਡਾ ਰੋਸ ਹੈ, ਔਰ ਰੋਸ ਵੱਧ ਇਸ ਕਰਕੇ ਰਿਹਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। ਪਾਰਲੀਮੈਂਟ ਦੇ ਵਿੱਚ ਮੈਂ ਵਿੰਟਰ ਸੈਸ਼ਨ ਦੇ ਵਿੱਚ ਮਾਮਲਾ ਉਠਾਊਂਗਾ। ਸਾਹਮਣੇ ਹਰਸਿਮਰਤ ਕੌਰ ਬੈਠੀ ਹੋਊਗੀ ਮੇਰੇ, ਮੈਂ ਪੁੱਛੂੰਗਾ ਉਹਨਾਂ ਨੂੰ ਕਿ ਕੀ ਕਰ ਰਹੇ ਹੋ ਤੁਸੀਂ, ਤੁਸੀਂ ਕਿਉਂ ਨਹੀਂ ਆਪਣੇ ਆਪ ਹੀ ਪੇਸ਼ ਕਰ ਦਿੰਦੇ ਆਪਣੇ ਆਪ ਨੂੰ, ਜਦੋਂ ਪਤਾ ਹੀ ਹੈ ਹੁਣ ਤੱਕ ਤੁਸੀਂ ਪੰਥ ਦੇ ਨਾਂ 'ਤੇ ਰੋਟੀਆਂ ਸੇਕੀਆਂ ਅਤੇ ਹੁਣ ਤੁਸੀਂ ਸਾਡੇ ਗੁਰੂ ਨੂੰ ਗੋਲੀਆਂ ਮਾਰ ਕੇ ਰਾਜਨੀਤੀਆਂ ਕਰ ਰਹੇ ਹੋ। ਉਹਨਾਂ ਦੇ ਅੰਗਾਂ ਨੂੰ ਗਲੀਆਂ 'ਚ ਰੋਲ ਰੋਲ ਕੇ ਤੁਸੀਂ, ਸਾਡੇ ਘਰ 3 ਸਾਲ ਹੋ ਗਏ ਕੋਈ ਦੋਸ਼ੀ ਨਹੀਂ ਫੜਿਆ ਗਿਆ, 2 ਮੁੰਡੇ ਸ਼ਹੀਦ ਹੋ ਗਏ ਕੋਈ ਦੋਸ਼ੀ ਨਹੀਂ ਫੜਿਆ ਗਿਆ, ਜਦੋਂ ਜਸਟਿਸ ਰਣਜੀਤ ਸਿੰਘ ਨੇ ਨਾਮ ਵੀ ਦੱਸਤਾ ਸਾਰਾ। ਇਹ ਬਲਕਿ ਪੁਲਿਸ ਵਾਲਿਆਂ ਨੂੰ ਮੌਕਾ ਦੇ ਰਹੇ ਨੇ ਕਿ ਤੁਸੀਂ ਕੋਰਟਾਂ ਦੇ ਵਿੱਚੋਂ ਸਟੇਆਂ ਲੈ ਲਓ ਤਾਂ ਕਿ ਤੁਹਾਨੂੰ ਸਿਰਫ ਗ੍ਰਿਫਤਾਰ ਕਰਨ ਦਾ ਸਾਡੇ 'ਤੇ ਪ੍ਰੈਸ਼ਰ ਨਾ ਰਹੇ। ਜਿਹੜੇ ਹੁਣ ਐਸ ਆਈ ਟੀ ਬਣੀ ਹੈ, ਭਾਈ ਸਾਹਿਬ ਕਹਿ ਰਹੇ ਨੇ ਮੰਨ ਜੀ ਕਿ ਸਾਨੂੰ ਉਸ 'ਤੇ ਵਿਸ਼ਵਾਸ ਨਹੀਂ ਹੈ ਜਿਹੜੇ ਸਾਡੇ, ਦੱਸੋ ਜਦੋਂ ਨੀਅਤ ਹੀ ਨਹੀਂ ਸਾਫ਼, 1.5 ਸਾਲ 'ਚ ਜੇ ਕਰਨਾ ਹੁੰਦਾ ਕੈਪਟਨ ਸਾਹਿਬ ਨੇ 1 ਮਿੰਟ 'ਚ ਕਰ ਦਿੰਦੇ, ਪਰ ਕੈਪਟਨ ਸਾਹਿਬ ਦੇ ਉੱਤੋਂ ਜਿਹੜਾ ਰਾਜਨਾਥ ਹੋਰਾ ਉਹ ਉਹਨਾਂ ਤੋਂ ਗ੍ਰਹਿ ਮੰਤਰੀ ਤੋਂ ਜਿਹੜਾ ਝਿੜਕਾਂ ਪੈ ਜਾਂਦੀਆਂ ਨੇ, ਕਿਉਂਕਿ ਉਹਨਾਂ ਦੇ ਕੇਸ ਵੀ ਪਏ ਨੇ, ਉਹਨਾਂ ਦੇ ਸਵਿਸ ਬੈਂਕਾਂ ਵਾਲੇ ਈਡੀ ਵਾਲੇ ਕੇਸ ਪਏ ਨੇ। ਸੋ ਇੱਥੋਂ ਇਹ ਸਿੱਧ ਹੁੰਦਾ, ਇਹ ਆਪਸ 'ਚ ਰਲ ਕੇ ਖੇਡਦੇ ਨੇ, ਰੈਲੀ ਹੋ ਜਾਂਦੇ ਨੇ, ਤੂੰ ਮੇਰੇ ਘਰੇ ਆ ਜਾ ਮੈਂ ਤੇਰੇ ਘਰੇ ਜਾਂਦਾ, ਅਤੇ ਇੱਥੋਂ ਹੁਣ ਤਾਂ ਬੱਚੇ ਨੂੰ ਪਤਾ ਲੱਗ ਗਿਆ ਦੋਨੋਂ ਰਲੇ ਹੋਏ ਨੇ। ਪਰ ਸਜ਼ਾ ਕੈਪਟਨ ਸਾਹਿਬ ਜੇ ਤੁਸੀਂ ਦੇਣੀ ਹੈ ਦਿਓ, ਨਹੀਂ ਤਾਂ ਫਿਰ ਸਾਡਾ ਗੁਰੂ ਤਾਂ ਸਜ਼ਾ ਦੇਊਗਾ ਹੀ, ਔਰ ਉਹਦੀ ਸਜ਼ਾ ਜਦੋਂ ਮਿਲੀ ਕਈ ਪੀੜ੍ਹੀਆਂ ਯਾਦ ਰਹੂਗੀ ਉਹ। ਦੇਖੋ ਤੁਸੀਂ ਇਹ ਇੱਕ ਹਫ਼ਤੇ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ 2 ਵਾਰ ਲੋਕ ਇਕੱਠੇ ਹੋਏ ਨੇ, 7 ਤਰੀਕ ਔਰ 14 ਤਾਰੀਕ, ਔਰ ਲੋਕਾਂ ਦੀ ਇੱਕੋ ਹੀ ਪੁਕਾਰ ਆ ਪੰਜਾਬ ਦੇ ਲੱਖਾਂ ਲੋਕਾਂ ਦੀ, ਸਾਰੇ ਵਰਗਾਂ ਦੇ, ਸਾਰੇ ਧਰਮਾਂ ਦਾ, ਕਿ ਇਨਸਾਫ਼ ਦੇਣਾ ਪਵੇਗਾ। ਔਰ ਸਬਰ ਸੰਤੋਖ ਦੇਖੋ ਤੁਸੀਂ ਇਹਨਾਂ ਦਾ, ਲੱਖਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੁੰਦੇ ਆ, ਲੇਕਿਨ ਕੋਈ ਅਮਨ ਸ਼ਾਂਤੀ ਭੰਗ ਨਹੀਂ ਹੋਈ। ਜਿਹੜੇ ਇਹਨਾਂ ਲੋਕਾਂ 'ਤੇ ਜਾਂ ਸਾਡੇ 'ਤੇ ਇਲਜ਼ਾਮ ਲਾਉਂਦੇ ਕਿ ISI ਦੇ ਏਜੰਟ ਨੇ, ਪਾਕਿਸਤਾਨ ਦੇ ਏਜੰਟ ਨੇ, ਉਹ ਸਾਰੇ ਝੂਠੇ ਸਾਬਤ ਹੋ ਗਏ ਨੇ, ਔਰ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਆ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਜਲਦੀ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਆ। ਹਾਈ ਕੋਰਟ ਨੇ ਜਿਹੜਾ ਸਟੇਅ ਦਿੱਤਾ ਵਾ ਉਹ ਇਹਨਾਂ ਨੂੰ ਅਰੈਸਟ ਲਈ ਆ। ਬਾਜਾ ਖਾਨਾ ਪੁਲਿਸ ਸਟੇਸ਼ਨ ਵਿੱਚ ਜਿਹੜੀ ਕਤਲ ਦੀ FIR ਦਰਜ ਆ, ਉਹਦੇ 'ਚ ਕੁਐਸਚਨਿੰਗ ਲਈ ਕਿਸੇ ਨੇ ਰੋਕਿਆ ਨਹੀਂ ਗਾ ਉਹਨਾਂ ਨੂੰ। ਜੇ SHO ਜਾਂ ਪੁਲਿਸ ਚਾਹੇ ਉਹ ਸੈਣੀ ਸਮੇਤ ਸੁਖਬੀਰ ਬਾਦਲ ਵੱਡੇ ਨੂੰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਜੁਆਇਨ ਕਰਨੀ ਪਵੇਗੀ, ਉਹਦੇ 'ਤੇ ਕੋਈ ਸਟੇਅ ਨਹੀਂ ਗਾ। ਔਰ ਪੁਲਿਸ ਇੱਕ ਰਿਪੋਰਟ ਬਣਾ ਕੇ ਹਾਈਕੋਰਟ ਦੇਵੇਗੀ ਕਿ ਆਹ ਇਹਨਾਂ ਦੀ ਆਹ ਇੰਟੈਰੋਗੇਸ਼ਨ ਵਿੱਚ ਤੱਥ ਸਾਹਮਣੇ ਆਏ ਨੇ, ਹਾਈਕੋਰਟ ਅਰੈਸਟ ਸਟੇਅ ਵਿਕੇਟ ਕਰ ਦੇਵੇਗਾ। ਪਰ ਦੁੱਖ ਦੀ ਗੱਲ ਹੈ ਕਿ 3 ਸਾਲਾਂ ਵਿੱਚ ਕਿਸੇ ਨੇ ਅੱਜ ਤੱਕ ਕਿਸੇ ਨੇ ਇੱਕ ਸਪਾਈ ਵੀ ਸਮਨ ਨਹੀਂ ਕੀਤਾ ਯਾਰ। ਅਕਸਰ 2 ਬੰਦੇ ਮਰੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਇਸ ਲਈ ਬਹੁਤ ਜ਼ਿਆਦਾ ਬੇਇਨਸਾਫ਼ੀ ਦੇ ਖਿਲਾਫ਼ ਪੰਜਾਬ ਦੇ ਲੋਕਾਂ ਦੇ ਪ੍ਰਤੀ ਵਿੱਚ ਗੁੱਸਾ ਵਾ, ਇਹ ਗੁੱਸਾ ਜ਼ਾਹਰ ਕਰਨ ਲਈ ਇੱਥੇ ਲੋਕ ਆਏ ਨੇ। ਠੀਕ ਹੈ, ਕੋਈ ਗੱਲ ਨਹੀਂ ਕੋਈ ਨਹੀਂ। ਦੇਖੋ ਗੱਲ ਇਹ ਆ, ਇਨਸਾਫ਼ ਮੋਰਚਾ ਬੇਸਿਕਲੀ ਇੱਥੋਂ ਦਾ ਮੋਢੀ ਮੋਰਚਾ ਵਾ। ਅਸੀਂ ਇਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ, ਹੁਣ ਅੱਜ ਤਾਂ ਬਹੁਤ ਰਸ਼ ਹੈਗਾ, ਮੈਂ ਆਪ ਆਣ ਕੇ ਅਸੀਂ ਇਹਨਾਂ ਨਾਲ ਵਿਚਾਰ ਕਰਾਂਗੇ। ਅਸੀਂ ਕੋਈ ਪੈਰਲਲ ਪ੍ਰੋਗਰਾਮ ਨਹੀਂ ਦੇਣਾ, ਮੈਂ ਪਹਿਲੇ ਦਿਨ ਤੋਂ ਕਹਿ ਚੁੱਕੇ ਹਾਂ, ਕਾਲ ਜ਼ਰੂਰ ਦਿੱਤੀ ਸੀਗੀ ਵਾਹਿਗੁਰੂ ਦੀ ਕਿਰਪਾ। ਅੱਜ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਸ਼ਹੀਦ ਹੋਏ, ਤੁਹਾਡੇ ਪਿਤਾ ਜੀ ਸ਼ਹੀਦ ਹੋਏ ਸੀ, ਸਰਾਵਾਂ ਦੇ ਗਜੀਤ ਹੋਏ ਸੀ, ਉਹਨਾਂ ਦਾ ਦਿਹਾੜਾ ਮਨਾਇਆ ਗਿਆ, ਸ਼ਹੀਦੀ ਦਿਹਾੜਾ, ਕੀ ਕਹਿਣਾ ਤੁਹਾਡਾ ਇਸ 'ਤੇ? ਮੈਂ ਸਭ ਤੋਂ ਪਹਿਲਾਂ ਸਿੱਖ ਕੌਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜੋ 3 ਸਾਲ ਇਸ ਕਾਂਡ ਨੂੰ ਬੀਤਣ ਦੇ ਬਾਵਜੂਦ ਵੀ ਸਿੱਖ ਕੌਮ ਇੱਕ ਮੁੱਠ ਜੁੱਟ ਖੜੀ ਹੈ। ਸੋ ਸ਼ਹੀਦਾਂ ਦਾ ਡੁੱਲਿਆ ਖੂਨ ਹੈ ਜਿਹੜਾ, ਉਹ ਅਜਾਈ ਨਹੀਂ ਜਾਊਗਾ, ਸਿੱਖ ਕੌਮ ਇਹਦਾ ਵੱਖਰਾ ਰੰਗ ਲੈ ਕੇ ਆਊਗੀ।
ਜਿਹਦੇ ਕਾਰਨ ਮੋਰਚਾ ਲੱਗਿਆ ਹੋਇਆ। ਜਿਹੜੀਆਂ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਬਗਰਾੜੀ ਮੋਰਚਾ ਜਥੇਦਾਰ ਧਿਆਨ ਸਿੰਘ ਜੀ ਮੰਡ ਵੱਲੋਂ ਲਾਇਆ ਗਿਆ, ਇਸ ਮੋਰਚੇ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ। ਸੋ ਇਹ ਮੋਰਚਾ ਜ਼ਰੂਰ ਫਤਿਹ ਦੇ ਵੱਲ ਜਾਊਗਾ ਜੀ। ਨਹੀਂ ਜੀ, ਦੇਖੋ ਉਹਨਾਂ ਦੀ ਜਿੱਥੋਂ ਤੱਕ ਦੀ ਅੱਜ ਗੱਲਬਾਤ ਹੋਈ ਹੈ, ਪਿੰਡ ਦੇ ਡਿਵੈਲਪਮੈਂਟ ਦੇ ਬਾਰੇ ਗੱਲਬਾਤ ਹੋਈ ਸੀ, ਜੋ ਉਹਨਾਂ ਨੇ ਪਿੰਡ 'ਚ ਪੁਰਾਣੀ ਸਰਕਾਰ ਨੇ ਇਕੌਤੀ ਪੰਥਕ ਸਰਕਾਰ ਨੇ ਜੋ ਗੱਲਬਾਤ ਕੀਤੀ ਸੀ, ਉਹ ਡਿਵੈਲਪਮੈਂਟ ਅਧੂਰੀ ਸੀ, ਉਹਨੂੰ ਪੂਰੀ ਕਰਨ ਦੇ ਲਈ ਆਏ ਸੀ ਅਤੇ ਆਪਣੇ ਘਰ ਅਖੰਡ ਪਾਠ ਪ੍ਰਕਾਸ਼ ਕੀਤਾ ਹੋਇਆ ਸੀਗਾ, ਤਾਂ ਉਹਦੇ ਸੰਬੰਧ 'ਚ ਉੱਥੇ ਮੱਥਾ ਟੇਕਣ ਆਏ ਸੀ। ਉਸ ਤੋਂ ਬਾਅਦ ਹੋਰ ਕੋਈ ਗੱਲਬਾਤ ਨਹੀਂ, ਇੱਕ ਨਵੀਂ SIT ਬਣੀ ਹੈ, ਜਾਂਚ ਸ਼ੁਰੂ ਕੀਤੀ ਹੈ, ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕਿ ਤੁਹਾਨੂੰ ਇਨਸਾਫ ਮਿਲੂਗਾ ਜਾਂ ਅੱਗੇ ਕਾਗਜ਼ਾਂ ਵਿੱਚ ਹੀ ਰਹੂਗਾ? ਇਨਸਾਫ ਸਰਕਾਰ ਦਾ ਦੇਣ ਦਾ ਇਰਾਦਾ ਨਹੀਂ ਹੈ, ਇਨਸਾਫ ਲੈਣਾ ਪੈਣਾ। ਸੋ SIT ਅਨੇਕਾਂ ਬਣ ਗਈਆਂ, ਅਨੇਕਾਂ ਬਣੀ ਜਾਂਦੀਆਂ, ਇਹਨਾਂ 'ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ। ਇਨਸਾਫ ਦਾ ਜਿਹੜਾ ਦਰਵਾਜ਼ਾ ਸਰਕਾਰ ਦਾ ਖੁਦ ਖੜਕਾ ਕੇ ਸਾਨੂੰ ਲੈਣਾ ਪੈਣਾ, ਉਹਨਾਂ ਨੇ ਦੇਣਾ ਨਹੀਂ। ਰੋਸ ਮਾਰਚ ਦਾ ਇਹ ਰੋਸ ਕਿਸੇ ਬੰਦੇ ਵਾਸਤੇ ਨਹੀਂ ਗਾ, ਗੁਰੂ ਵਾਸਤੇ ਆ। ਔਰ ਲੋਕ ਪਾਰਟੀਆਂ ਤੋਂ ਉੱਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਨ ਲਈ ਜੋ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀਗੀ, ਉਹਦੇ ਸੰਬੰਧ 'ਚ ਲੋਕਾਂ ਦੇ ਮਨ 'ਚ ਗੁੱਸਾ ਹੈ। ਅੱਜ ਸ਼ਹੀਦ ਸਿੰਘਾਂ ਦੀ ਬਰਸੀ ਸੀਗੀ, ਲੋਕ ਹੁੰਮ ਹੁੰਮ ਆ ਕੇ ਆਏ ਨੇ। ਔਰ ਮੈਂ ਸਮਝਦਾ ਵੀ ਸਮੇਂ ਦੀਆਂ ਸਰਕਾਰਾਂ ਨੂੰ ਇਹ ਤੋਂ ਸਬਕ ਸਿੱਖਣਾ ਚਾਹੀਦਾ, ਕਿਉਂਕਿ ਦਿਨ ਬ ਦਿਨ ਲੋਕਾਂ ਦੇ ਮਨ 'ਚ ਸਰਕਾਰ ਪ੍ਰਤੀ ਗੁੱਸਾ ਵੱਧ ਰਿਹਾ। ਪਹਿਲੀ ਇੱਕ ਸਰਕਾਰ ਸੀ ਜਿਹਦੇ ਵੇਲੇ ਵਾਕਿਆ ਹੋਇਆ ਸੀ, ਉਹ ਸਰਕਾਰ ਨੂੰ ਲੋਕਾਂ ਇਸ ਤਰ੍ਹਾਂ ਨਕਾਰਿਆ ਵੀ ਕਦੀ ਅਕਾਲੀ ਦਲ ਦਾ ਇਹ ਬੁਰਾ ਹਾਲ ਨਹੀਂ ਸੀ ਹੋਇਆ ਵੀ ਉਹ ਆਪੋਜੀਸ਼ਨ ਜੋਗੇ ਵੀ ਨਾ ਰਹਿਣ। ਉਹਦੇ ਤੋਂ ਸਬਕ ਸਿੱਖਣਾ ਚਾਹੀਦਾ ਸੀ ਮੌਜੂਦਾ ਸਰਕਾਰ ਨੂੰ, ਵੀ ਜੇ ਉਹਨਾਂ ਲੋਕਾਂ ਦਾ ਇਹ ਹਾਲ ਕਰ ਸਕਦੇ ਜਿਹੜੇ ਉਹਨਾਂ ਦੇ ਆਪਣੇ ਕਹੀ ਜਾਂਦੇ ਸੀ, ਪੰਥ ਦੇ ਲੀਡਰ ਕਹੀ ਜਾਂਦੇ ਸੀ, ਜੇ ਅਸਾਂ ਲੋਕਾਂ ਨੂੰ ਇਨਸਾਫ ਨਾ ਦਿੱਤਾ ਤਾਂ ਫਿਰ ਸਾਡਾ ਹਾਲ ਕੀ ਹੋਊਗਾ, ਇਹ ਤੋਂ ਇਮੈਜਿਨ ਕਰ ਲੈਣਾ ਚਾਹੀਦਾ। ਔਰ ਅੱਜ ਜਿਸ ਤਰ੍ਹਾਂ ਦਾ ਲੋਕਾਂ ਦੇ ਉਤਸ਼ਾਹ ਵਾ, ਜਿਸ ਤਰ੍ਹਾਂ ਦਾ ਇਕੱਠ ਆ, ਔਰ ਮੈਂ ਸਮਝਦਾ ਵੀ ਕੈਪਟਨ ਸਾਹਿਬ ਨੂੰ ਜਲਦੀ ਤੋਂ ਜਲਦੀ ਇਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਨਾ ਚਾਹੀਦਾ, ਜਿਹੜੇ ਕਾਤਲ ਨੇ ਉਹਨਾਂ ਨੂੰ ਫੜਨਾ ਚਾਹੀਦਾ, ਗੁਰੂ ਦਾ ਸਤਿਕਾਰ ਬਹਾਲ ਕਰਾਉਣਾ ਚਾਹੀਦਾ, ਔਰ ਪੰਜਾਬ ਨੂੰ ਸੁਰਖਰੂ ਕਰਨਾ ਚਾਹੀਦਾ। ਨਹੀਂ ਤਾਂ ਦਿਨ ਬ ਦਿਨ ਇਹ ਕੰਮ ਭਾਰਾ ਹੁੰਦਾ ਜਾਊਗਾ ਅਤੇ ਇਹ ਇਸ ਸਟੇਜ 'ਤੇ ਪਹੁੰਚ ਜਾਊਗਾ ਕਿ ਉਹਨਾਂ ਕੋਲ ਸਾਹਮਣਾ ਔਖਾ ਹੋ ਜਾਊਗਾ। SIT ਨਵੀਂ ਬਣੀ ਹੈ, ਕੀ ਲੱਗਦਾ ਉਹ ਇਨਸਾਫ ਦੇਵੇਗੀ ਸਿੱਖਾਂ? ਮੈਨੂੰ ਨਹੀਂ ਜਾਪਦਾ, ਕੋਈ SIT ਦੀ ਕੋਈ ਲੋੜ ਹੀ ਨਹੀਂ ਸੀ ਇਹਦੀ। ਜਦੋਂ ਕੈਪਟਨ ਉਹ ਰਣਜੀਤ ਸਿੰਘ ਕਮਿਸ਼ਨ ਨੇ ਸਾਰੀਆਂ ਰਿਪੋਰਟਾਂ ਦਿੱਤੀਆਂ ਸੀਗੀਆਂ, ਉਹਦੇ 'ਤੇ ਉਹਨੂੰ ਕੰਮ ਕਰਨਾ ਚਾਹੀਦਾ ਸੀ। SIT ਵੀ ਜੇ ਬਣਾਉਣੀ ਤਾਂ ਉਹਨੂੰ ਟਾਈਮ ਬਾਊਂਡ ਕਰਦਾ, ਉਹ ਲੂਜ਼ ਰੱਖ ਲਿਆ, ਉਹ ਹੋਰ ਕਹਿ ਦੂਗਾ ਵੀ 6 ਮਹੀਨੇ ਹਾਲੇ ਲੱਗਣੇ, ਕੱਲ੍ਹ ਇਹਨਾਂ ਦੇ 2 ਵਜ਼ੀਰਾਂ ਨੇ ਕਹਿਤਾ ਵੀ ਹਲੇ ਟਾਈਮ ਲੱਗ ਜਾਣਾ। ਤਾਂ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਲੋਕਾਂ ਦਾ ਟੈਂਪਰਾਮੈਂਟ ਕੀ ਹੈ। ਲੋਕ ਕੁਰਸੀਆਂ ਵਾਸਤੇ ਨਹੀਂ ਲੜ ਰਹੇ, ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਜਿਹੜਾ ਉਹਨੂੰ ਬਹਾਲ ਕਰਨ ਲਈ ਜੋ ਉਹਨਾਂ ਨੇ ਗੁਰੂ ਦਾ ਅਪਮਾਨ ਕੀਤਾ ਸੀ, ਉਹਦਾ ਲੋਕਾਂ ਦੇ ਮਨ 'ਚ ਗੁੱਸਾ ਹੈ। ਅੱਜ ਜੀ 14 ਤਰੀਕ ਹੈ ਅਤੇ ਬਰਗਾੜੀ ਅਸੀਂ ਆਏ ਹਾਂ, ਜਿਹੜੇ 2 ਨੌਜਵਾਨ ਸ਼ਹੀਦ ਹੋਏ ਸੀ ਉਹਨਾਂ ਦੀ ਅੱਜ ਸ਼ਹੀਦੀ ਸਮਾਗਮ ਹੈ, ਉਹਦੇ 'ਚ ਅਸੀਂ ਪਹੁੰਚੇ ਹਾਂ। ਅਤੇ ਅਸੀਂ ਨਹੀਂ ਪਹੁੰਚੇ, ਪੰਜਾਬ ਨਹੀਂ ਪਹੁੰਚਿਆ, ਮੈਂ ਕਹਿੰਦਾ ਪੂਰੇ ਭਾਰਤ ਦੇ ਕੋਨੇ ਕੋਨੇ 'ਚ ਬੈਠਾ ਸਿੱਖ ਅੱਜ ਇੱਥੇ ਪਹੁੰਚਿਆ, ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਆਏ ਨੇ। ਜਸਟ ਰਣਜੀਤ ਸਿੰਘ ਦੀ ਰਿਪੋਰਟ ਨੇ ਜਿਹੜੇ ਸਾਹਮਣੇ ਲਿਆਤੇ ਸੀ ਦੋਸ਼ੀ ਜਿਹੜੇ ਹੈਗੇ, ਹੁਣ ਦੁਬਾਰਾ ਇੱਕ ਇਹਨਾਂ ਨੇ SIT ਟੀਮ ਦੁਆਰਾ ਬਣਾ ਕੇ ਉਸ ਤੋਂ ਜਾਂਚ ਕਰਵਾਉਣ ਦੀ ਹੈ, ਕੀ ਕਹਿਣਾ ਵੀ ਹੁਣ ਜਿਹੜੀ SIT ਟੀਮ ਆ ਵਾਕਈ? ਨਹੀਂ ਉਹ ਤਾਂ ਡਰਾਮੇ ਨੇ, ਉਹ ਤਾਂ ਡਰਾਮੇ, ਕਮਿਸ਼ਨ ਬਣੀ ਜਾਣਗੇ, ਸਿੱਟਾਂ ਬਣੀ ਜਾਣਗੀਆਂ, ਬਥੇਰੇ ਕਮਿਸ਼ਨ ਬਣ ਬਣ, ਪਹਿਲਾਂ ਵੀ 84 ਵਾਲੇ ਮਸਲਿਆਂ 'ਤੇ ਬਣਦੇ ਰਹੇ, ਟੁੱਟਦੇ ਰਹੇ, ਕੋਈ ਇਨਸਾਫ ਪਹਿਲਾਂ ਵੀ ਸਿੱਖਾਂ ਨੂੰ ਨਹੀਂ ਇਹੀ ਮਿਲਿਆ। ਅੱਜ ਵੀ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਕੋਈ ਉਮੀਦ ਰੱਖਣੀ ਚਾਹੀਦੀ ਵੀ ਸਾਨੂੰ ਕੋਈ ਸਿੱਟਾਂ ਬਣਨ ਦੇ ਨਾਲ, ਕੋਈ ਕਮਿਸ਼ਨ ਬਣਨ ਦੇ ਨਾਲ ਸਾਨੂੰ ਇਨਸਾਫ ਮਿਲੂਗਾ। ਇਹ ਤਾਂ ਲੋਕਾਂ ਨੂੰ ਥੋੜ੍ਹਾ ਜਿਹਾ ਸਖਤ ਹੋਣਾ ਪੈਣਾ, ਘਰਾਂ 'ਚੋਂ ਨਿਕਲਣਾ ਪੈਣਾ, ਤਾਂ ਜਾ ਕੇ ਕਿਤੇ ਮਾੜੇ ਮੋਟੇ ਇਨਸਾਫ ਦੀ ਉਮੀਦ ਵੱਧ ਸਕਦੀ ਹੈ। ਫਰੀਦਕੋਟ ਤੋਂ ਜਗਤਾਰ ਦੋਸਾਂਝ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।